ਸਕਦੀ ਹੈ, ਸਾਗਰਾਂ ਨੂੰ ਵੀ ਤਰ ਸਕਦੀ ਹੈ। ਮੰਜ਼ਿਲਾਂ ਨੂੰ ਇਹ ਸਰ ਸਕਦੀ ਹੈ, ਸਾਗਰਾਂ ਨੂੰ ਵੀ ਤਰ ਸਕਦੀ ਹੈ। ਵੀਰ ਬਾਵਲ ਦੀ ਜਰ ਸਕਦੀ ਹੈ, ਇੱਜ਼ਤ ਖਾਤਰ ਮਰ ਸਕਦੀ ਹੈ। ਜੇ ਤਤੜੀ ਨੇ ਮਰ ਜਾਣਾ ਸੀ, ਜੇ ਤਤੜੀ ਨੇ ਮਰ ਜਾਣਾ ਸੀ, ਕਿਰਨ ਬੇਦੀ ਕਿਨੇ ਬਣ ਜਾਣਾ ਸੀ। ਕਲਪਣਾ ਸੀ ਫੇਰ ਬਣ ਕੇ ਕਿਹੜਾ, ਲਾਉਂਦਾ ਅੰਬਰ ਉਡਾਰੀ। ਧੀਆਂ ਨਾਲ ਸਰਦਾਰੀ ਹੁੰਦੀ, ਧੀਆਂ ਨਾਲ ਸਰਦਾਰੀ, ਧੀਆਂ ਨਾਲ ਸਰਦਾਰੀ ਹੁੰਦੀ, ਧੀਆਂ ਨਾਲ ਸਰਦਾਰੀ, ਧੀਆਂ ਨਾਲ ਸਰਦਾਰੀ ਹੁੰਦੀ, ਧੀਆਂ ਨਾਲ ਸਰਦਾਰੀ, ਧੀਆਂ ਨਾਲ ਸਰਦਾਰੀ ਹੁੰਦੀ, ਧੀਆਂ ਨਾਲ ਸਰਦਾਰੀ। ਕਰੇ ਪੁਕਾਰ ਓ ਲੋਕੋ, ਭੁੱਖਾਂ ਵਿੱਚ ਨਾ ਮਾਰੋ ਲੋਕੋ। ਬਾਲ ਆਤਮਾ ਕਰੇ ਪੁਕਾਰ ਓ ਲੋਕੋ, ਭੁੱਖਾਂ ਵਿੱਚ ਨਾ ਮਾਰੋ ਲੋਕੋ। ਸਾਡੀ ਵੀ ਲੈ ਲੋ ਸਾਰ ਓ ਲੋਕੋ, ਸਾਡੀ ਵੀ ਲੈ ਲੋ ਸਾਰ ਓ ਲੋਕੋ। ਭੁਲਾ ਕੇ ਜੀ ਕਰੋ ਉਪਕਾਰ ਸਾਡੇ ਤੇ, ਸਾਨੂੰ ਜੱਗ ਵਖਾ ਕੇ ਜੀ ਕਰੋ ਉਪਕਾਰ ਸਾਡੇ ਤੇ, ਸਾਨੂੰ ਜੱਗ ਵਖਾ ਕੇ ਜੀ ਕਰੋ ਉਪਕਾਰ ਸਾਡੇ ਤੇ, ਸਾਨੂੰ ਜੱਗ ਵਖਾ ਕੇ ਜੀ ਕਰੋ ਉਪਕਾਰ ਸਾਡੇ ਤੇ, ਸਾਨੂੰ। ਸਰ ਸਕਦੀ ਹੈ, ਸਾਗਰਾਂ ਨੂੰ ਵੀ ਤਰ ਸਕਦੀ ਹੈ। ਮੰਜ਼ਿਲਾਂ ਨੂੰ ਇਹ ਸਰ ਸਕਦੀ ਹੈ, ਸਾਗਰਾਂ ਨੂੰ ਵੀ ਤਰ ਸਕਦੀ ਹੈ। ਵੀਰ ਬਾਵਲ ਦੀ ਜਰ ਸਕਦੀ ਹੈ, ਇੱਜ਼ਤ ਖਾਤਰ ਮਰ ਸਕਦੀ ਹੈ। ਜੇ ਤਤੜੀ ਨੇ ਮਰ ਜਾਣਾ ਸੀ,
ਸਤੜੀ ਨੇ ਮਰ ਜਾਣਾ ਸੀ, ਕਿਰਨ ਬੇਦੀ ਕਿਨੇ ਬਣ ਜਾਣਾ ਸੀ, ਕਲਪਣਾ ਸੀ ਫੇਰ ਬਣ ਕੇ ਕਿਹੜਾ ਲਾਉਂਦਾ ਅੰਬਰ ਉਡਾਰੀ। ਧੀਆਂ ਨਾਲ ਸਰਦਾਰੀ ਹੁੰਦੀ, ਧੀਆਂ ਨਾਲ ਸਰਦਾਰ। ਨਸੀਬ ਪਾਣੀ ਲੈ ਗਿਆ, ਅੱਜ ਮੇਰਾ ਯਾਰ ਆਇਆ ਯਾਰ। ਆਲੋ ਹੀ ਪਾਣੀ, ਹੋਰ ਕੁਝ ਚਾਹੀਦਾ? ਆ ਵੇਖ ਮੇਰੇ ਘਰ ਵਾਲੀ ਕਿੱਡੀ ਸੋਹਣੀ ਆ, ਪਰ ਇਹਨੇ ਇੱਕ ਗੱਲ ਮਾੜੀ ਕੀਤੀ ਆ, ਜਿਹੜੀ ਇਹਨੇ ਕੁੜੀ ਜੰਮਦੀ। ਬਾਈ ਤੇਰੀ ਗੱਲ ਸੋਲਾ ਨੇ ਸੱਚ ਹੈ, ਜਿਹੜੀ ਤੂੰ ਕਹੀ ਸੀ ਬਣੀ ਤਣੀ ਉਹੀ ਹੈ। ਓਏ ਤੂੰ ਇੱਥੇ ਖੜੀ ਕੀ ਕਰਦੀ ਆ, ਚੱਲ ਪਰਾਂ ਮਾਰ। ਬਾਈ ਆਪਾਂ ਤੇਰੀ ਕੁੜੀ ਨੂੰ ਮੁੱਲ ਵੇਚ ਦਿੰਨੇ ਆ, ਨਾਲੇ ਤੇਰੀ ਬਲਾ ਟਲ ਜੂਗੀ। ਚੰਗਾ ਬਾਈ, ਮੈਂ ਚੱਲਦਾ, ਹਾਂ ਕੱਲ ਮਿਲਦੇ ਆ। ਬਾਈ ਆਪਾਂ ਤੇਰੀ ਕੁੜੀ ਨੂੰ ਮੁੱਲ ਵੇਚ ਦਿੰਨੇ ਆ, ਕੁੜੀ ਨੂੰ ਮੁੱਲ ਵੇਚ ਦਿੰਨੇ ਆ, ਦਿੰਨੇ ਆ। ਵੱਡੀ ਹੋ ਕੇ ਬਾਬਲੇ ਦਾ ਪਾਰਸੀ ਵਡਾਉਣਾ, ਅੱਜ ਬਾਬਲੇ ਨੇ ਮੈਨੂੰ ਪਾਰਸੀ ਲਗਾਉਣਾ। ਵੇਚ ਲੋ ਵਟ ਲੋ, ਵੇਚ ਲੋ ਵਟ ਲੋ, ਕੰਨੀ ਮੇਰੇ ਪੈਂਦੀ ਸੀ ਗੂੰ, ਮੁੜ ਚੱਲੀ ਜਿੱਥੋਂ ਵੀ ਆਈ ਸੀ ਗੂੰ, ਜਿੱਥੋਂ ਵੀ ਆਈ ਸੀ ਏਕੂ। ਰਾਣੀ 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 ਰਾਣੀ, ਰਾਣੀ ਕਿੱਧਰ ਚਲੀ ਗਈ ਜੀ? ਰਾਣੀ ਕਿੱਧਰ ਚਲੀ ਗਈ? ਉਹ ਹੋਣੀ ਆ ਇੱਥੇ ਕਿਤੇ, ਤੂੰ ਟਿੰਡੀਆਂ ਲੈਣੀਆਂ, ਦਰਜੀ ਪਾ ਕੇ ਲੈ ਗਿਆ। ਮਾੜੀ ਮੋਟੀ ਸ਼ਰਮ ਕਰੋ, ਸ਼ਰਮ ਤੁਹਾਨੂੰ ਤਾਂ ਸ਼ਰਾਬ ਨੇ ਪੱਟ ਕੇ ਹੀ ਰੱਖਤਾ। ਤੂੰ ਮੇਰੇ ਨਾਲ ਜਵਾਨ ਲਾਉਣੀ ਆ? ਸਵੇਰ ਦੀ ਨਿਕਲੀ ਆ, ਪਤਾ ਨੀ ਕਿੱਥੇ ਗਈ ਆ, ਆਉਣ ਦੇ ਉਹਨੂੰ, ਮੈਂ ਦਿੰਨਾ ਪਤਾ। Thank you.
ਸੁਹਾਗੀ ਕਿਹੜੇ ਖਦਮ ਕੋਲ ਜਾ ਕੇ ਆਈ ਆ ਤੂੰ? ਮੂੰਹ ਵਿੱਚ ਜੋ ਕੁਝ ਆਈਦਾ ਬੋਲੀ ਜਾਂਦੇ ਹੋ, ਤੁਹਾਨੂੰ ਤਾਂ ਕੋਈ ਸ਼ਰਮ ਨਹੀਂ? ਮੈਂ ਤਾਂ ਆਪਣੀ ਕੁੜੀ ਨੂੰ ਲੱਭ ਕੇ ਆਇਆ। ਉਹ ਜਾਣਦੇ ਉਹਨੂੰ, ਉਹਦੇ ਬਗੈਰ ਘਰ ਸੁਣਾ ਨਹੀਂ ਹੁੰਦਾ। ਤੂੰ ਜਾ ਕੇ ਰੋਟੀ ਪਕਾ, ਵਾਧੂ ਦੀਆਂ ਡਾਂਗਾਂ ਖਾਏਗੀ ਮੈਥੋਂ। ਤੁਹਾਨੂੰ ਮੇਰੇ ਬਾਬਲੇ ਦੇ ਤੈਨੂੰ ਵਰ ਚੋਲੀ ਪਾਇਆ, ਤਾਣ ਕਰ ਸਦਰਾਂ ਦਾ ਕੱਖੋਂ ਹੌਲੀ ਤੂੰ ਬਣਾਇਆ। ਬਣ ਬਣ ਦਾਸੀ ਜੀਵਾਂ, ਬਣ ਬਣ ਦਾਸੀ ਜੀਵਾਂ, ਚੱਲਾਂ ਤੇਰੇ ਸ਼ਮਕਾਂ ਦੀ ਮਾ। ਧੀਏ ਨੀ ਮਾਰ ਚੱਲੀ ਕਿੱਥੋਂ ਦੀ ਉਡਾ, ਮਾਰ ਚੱਲੀ ਕਿੱਥੋਂ ਦੀ ਉਡਾ। ਆਪਣੇ ਖੇਤ ਪਾਣੀ ਲਾ ਰਿਹਾ ਸੀ। ਅੱਛਾ, ਤੇ ਪਾਣੀ ਦੇ ਵਿੱਚ ਕੁੜੀ ਦੀ ਲਾਸ਼ ਤਰਦੀ ਆਉਂਦੀ ਸੀ। ਹਾਂ ਬਾਈ ਕੁਲਵਿੰਦਰ, ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ। ਹਾਂ ਹਾਂ, ਗਲਤ ਹੈ, ਠੀਕ ਹੈ, ਚਲੋ ਫਿਰ ਚੱਲੀਏ। ਹਾਂ ਬਾਈ। ਮੱਖਣਾ? ਹਾਂ ਬਾਈ। ਨਵਤਾ ਚੱਲਦੀ ਆ ਕੁੜੀ ਦੀ? ਕੁੜੀ ਬੇਹੋਸ਼ ਆ ਬਾਈ। ਹਨਾ? ਹਾਂ ਬਾਈ, ਜੇ ਛੇਤੀ ਲੈ ਆ ਜਾਏ ਤੇ ਬਚ ਸਕਦੀ।
ਹਰਦੇਵ ਕੋਈ ਪਤਾ ਲੱਗਿਆ ਮਾੜਾ ਮੋਟਾ? ਨਾ ਬਾਈ ਕੋਈ ਪਤਾ ਨਹੀਂ ਲੱਗਿਆ, ਸਾਰੇ ਕਿਤੇ ਪਤਾ ਕਰਾਇਆ ਮੈਂ, ਆਸੇ ਪਾਸੇ ਪਿੰਡਾਂ 'ਚ ਵੀ ਪਤਾ ਕਰ ਲਿਆ, ਕੋਈ ਪਤਾ ਨਹੀਂ ਲੱਗਿਆ ਕਿਤੇ। ਹਾਂ ਬਾਈ ਕੁਲਵਿੰਦਰ, ਕਿਸੇ ਨੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਕੁੜੀ ਨੂੰ ਨਹਿਰ 'ਚ ਸਿੱਟਤਾ। ਅਖਬਾਰਾਂ 'ਚ ਰੋਜ਼ ਪੜ੍ਹਦੇ ਆਪਾਂ, ਭਰੂਣ ਹੱਤਿਆ ਦਿਨੋ ਦਿਨ ਬਹੁਤ ਵੱਧ ਗਈ ਇਹ। ਹਾਂ ਬਈ ਹਾਂ, ਇਹਦੇ ਨਾਲ ਭਰੂਣ ਹੱਤਿਆ ਦੇ ਨਾਲ ਨਾ ਆਪਣੀਆਂ ਰਿਸ਼ਤੇਦਾਰੀਆਂ ਵੀ ਘਟਦੀਆਂ। ਹਾਂ ਬਈ, ਜੇ ਇਸ ਤਰੀਕੇ ਨਾਲ ਭਰੂਣ ਹੱਤਿਆ ਚੱਲਦੀ ਰਹੀ ਤਾਂ ਆਪਣੇ ਵਰਗੇ ਨੌਜਵਾਨ ਤਾਂ ਕੁਆਰੇ ਹੀ ਰਹਿ ਜਾਣਗੇ। ਬਾਈ ਇਹ ਗੱਲ ਤੂੰ ਠੀਕ ਆਖੀ ਹੈ, ਆਪਾਂ ਹੁਣ ਸਾਰੇ ਭਰੂਣ ਹੱਤਿਆ ਰੋਕਣ ਦੀ ਕੋਸ਼ਿਸ਼ ਕਰੀਏ। ਆਪਣਾ ਫਰਜ਼ ਬਣਦਾ ਭਰੂਣ ਹੱਤਿਆ ਰੋਕਣ ਦਾ, ਆਪਾਂ ਸਾਰੇ ਰਲ ਕੇ ਭਰੂਣ ਹੱਤਿਆ ਖਿਲਾਫ ਰੈਲੀ ਕੱਢੀਏ। ਹਾਂ ਬਾਈ ਹਾਂ ਹਾਂ। ਕਰੇ ਪੁਕਾਰੋ ਓ ਲੋਕੋ, ਭੁੱਖਾਂ ਵਿੱਚ ਨਾ ਮਾਰੋ ਲੋਕੋ। ਬਾਲ ਆਤਮਾ ਕਰੇ ਪੁਕਾਰੋ ਓ ਲੋਕੋ, ਭੁੱਖਾਂ ਵਿੱਚ ਨਾ ਮਾਰੋ ਲੋਕੋ। ਸਾਡੀ ਵੀ ਲੈ ਲੋ ਸਾਰ ਓ ਲੋਕੋ, ਸਾਡੀ ਵੀ ਲੈ ਲੋ ਸਾਰ ਓ ਲੋਕੋ। ਭੁੱਲ ਭੁਲਾ ਕੇ ਜੀ ਕਰੋ ਉਪਕਾਰ ਸਾਡੇ ਤੇ ਸਾਨੂੰ ਜੱਗ ਵਖਾ ਕੇ ਜੀ ਕਰੋ ਉਪਕਾਰ ਸਾਡੇ ਤੇ ਸਾਨੂੰ ਜੱਗ ਵਖਾ ਕੇ ਜੀ ਕਰੋ ਉਪਕਾਰ ਸਾਡੇ ਤੇ ਸਾਨੂੰ ਜੱਗ ਵਖਾ ਕੇ ਜੀ ਕਰੋ ਉਪਕਾਰ ਸਾਡੇ ਤੇ ਸਾਨੂੰ ਜੱਗ ਵਖਾ ਕੇ। ਆਹ ਜਿਹੜਾ ਕਲੱਬ ਵਾਲੇ ਮੁੰਡਿਆਂ ਨੇ ਭਰੂਣ ਹੱਤਿਆ ਰੋਕਣ ਦਾ ਕੰਮ ਕਰਿਆ, ਬਹੁਤ ਹੀ ਧਰਮ ਦਾ ਕੰਮ ਕਰਿਆ। ਆਹੀ ਤਾਂ ਚਾਰ ਮੁੰਡੇ ਕੰਮ ਤੇ ਨਿਕਲੇ ਆ, ਬਾਕੀ ਸਾਰਾ ਪਿੰਡ ਤਾਂ ਨਸ਼ੇ 'ਚ ਖੜਿਆ ਪਿਆ। ਕਿਉਂ ਵੀ ਅਮਲੀਆ? ਮੈਨੂੰ ਕਲੱਬ ਵਾਲਿਆਂ ਬਾਰੇ ਕੀ ਪਤਾ, ਬਾਬਾ ਸ਼ਕਲ ਹੀ ਤਾਂ ਸਾਰਾ ਪਿੰਡ ਮਿੱਤਰਾਂ ਦੇ ਲੱਗਾ। ਆਵੇ ਗੁਰਦੇਵ ਜੀ ਕਿੱਧਰੋਂ ਆਏ? ਉਹ ਖੇਤੋਂ ਆਇਆ ਬਈ, ਕਿਵੇਂ ਲਾਈ ਬੈਠੇ ਹੋ ਮਹਿਫਲਾਂ? ਤੁਹਾਨੂੰ ਕੀ ਦਿਆ ਗਿਆ? ਆ ਗਿਆ ਮੇਰਾ ਬੇਟਾ, ਅੱਜ ਕੀ ਪੜਿਆ ਮੇਰਾ ਬੇਟਾ? ਅੱਜ ਸਾਨੂੰ ਸਕੂਲ ਵਿੱਚ ਕਿਰਨ ਬੇਦੀ ਦਾ ਪਾਠ ਪੜਾਇਆ। ਫਿਰ ਵੱਡਾ ਹੋ ਕੇ ਮੇਰਾ ਬੇਟਾ ਕੀ ਬਣੂਗਾ? ਕਿਰਨ ਬੇਦੀ। ਚਾਹ ਵੀ ਨਹੀਂ ਚੱਕ ਕੇ ਪੀਤੀ ਜਾਂਦੀ, ਮੈਂ ਤੈਨੂੰ ਕਿੰਨਾ ਚਿਰ ਚਾਹ ਪਿਆਉਂਗੀ? ਉਹ ਕੀ ਹੋ ਗਿਆ, ਕਿਸੇ ਨੇ ਤੈਨੂੰ ਕੀ ਆਖਤਾ? ਇੱਥੇ ਟੱਕਰਾਂ ਮਾਰੀ ਜਾਂਦਾ, ਪਸ਼ੂਆਂ ਨੂੰ ਪੱਠੇ ਤੇਰਾ ਪਿਓ ਪਾਊਗਾ? ਇਹ ਜੇ ਤੇਰਾ ਬੇੜਾ ਪੱਤ ਗਏ, ਸਾਰਾ ਦਿਨ ਪੁੱਠਾ ਬੋਲਦੀ ਰਹਿੰਦੀ ਹੈ। ਬਾਲਾ ਨਾ ਮੇਰੇ ਨਾਲ ਭੌਂਕ, ਬੱਕਰੇ ਨੂੰ ਮੁਟਾ ਲੂੰ।
ਲਾਲਾ ਸਿੱਟਾ ਦੇ ਸਿੱਟਾ ਕਿਹੜੀ ਚਾਹੀਦੀ ਆ? ਉਹ ਗੁੜ ਫਲਾਏ ਦੇ ਦੇ ਧੱਕੇ ਨਾਲ ਲੈ ਮੰਡਲ ਦੇ ਦੇ ਪੈਸੇ ਦੇਣੇ ਸੌਦਾ ਲੈਣਾ ਲੱਗੀ ਹੈ ਜਰਦਾ ਦੇ ਦੇ ਤੂੰ ਦੇ ਦਾ ਸੀ ਕੁਛ ਟੱਪ ਗਏ ਸਾਰਾ ਕੁਛ ਲੁੱਟ ਕੇ ਲੈ ਗਏ ਬਾਈ ਤੇਰੇ ਕੋਲ ਹੈ ਕੋਈ ਨਸ਼ਾ ਨੁਸ਼ਾ ਮਾਰ ਕੇ ਮੋਟਾ ਦੇ ਦੇ ਯਾਰ ਰਾਤੀ ਪੀਲੀ ਬਾਲੀ ਬਾਪੂ ਨੇ ਕੁੱਟ ਕੁੱਟ ਆਇਆ ਸੀ ਤੇ ਅਸੀਂ ਕਰਤੀ ਸਵੇਰ ਨੂੰ ਉਤਰ ਗਈ ਹੁਣ ਭੋਗਾ ਦੇ ਦੇ ਖਾਣ ਨੂੰ ਜੀ ਕਰੀ ਜਾਂਦਾ ਯਾਰ ਵੀ ਥੋੜ੍ਹਾ ਕੰਡੇ ਤੇ ਹੋ ਜਾਏ ਵੀ ਆਉਣ ਲਈ ਲਾਲਾ ਭੋਗਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਬੇਟੇ ਕਿਸ ਤਰ੍ਹਾਂ ਚੱਲਦੀ ਹੈ ਤੇਰੀ ਪੁਲਿਸ ਦੀ ਟ੍ਰੇਨਿੰਗ ਜੀ ਟ੍ਰੇਨਿੰਗ ਪੂਰੀ ਹੋਣ ਵਾਲੀ ਬਸ ਮੇਰੀ ਰਣਵੀਰ ਤਾਂ ਇੰਸਪੈਕਟਰ ਬਣ ਹੀ ਲੈ ਸਾਡੇ ਕਲੱਬ ਦੀ ਮੀਟਿੰਗ ਆ ਮੈਂ ਜਾ ਕੇ ਆਉਂਦਾ ਚੰਗਾ ਪਾਪਾ ਜੀ ਹਾਂ ਚੱਲੀਏ ਫਿਰ ਹਰਦੇਵ ਹਾਂ ਵੀ ਚੱਲ ਚੱਲੀਏ ਬਾਪੂ ਨੇ ਕੁਝ ਕਹਿ ਦੇਣਾ ਅੱਜ ਤੇਰਾ ਬਾਪੂ ਕੀ ਮੈਨੂੰ ਆਖੂ ਕੰਜਰ ਤੈਨੂੰ ਦੱਸ ਪੁੱਤ ਕੀ ਚਾਹੀਦਾ
ਮੇਰੀ ਪਿਆਰੀ ਬੇਬੇ ਮੈਨੂੰ ਤੇ 5000 ਰੁਪਏ ਦੇ ਦੇ ਚੱਲ ਪਰੇ ਮੇਰੇ ਕੋਲ ਕਿਹੜਾ ਮੋਰ ਨਹੀਂ ਸੁਣਦੀ ਆ ਆਉਂਦੇ ਪਿਓ ਤੋਂ ਮੰਗ ਤੇ ਬਾਪੂ ਕੋਲ ਕਿਹੜਾ ਮੋਰ ਸੁਣਦਾ ਚੱਲ ਚੱਲ ਖਾ ਪੁੱਤ ਐਂ ਕਰ ਮੇਰੀ ਪੇਟੀ 'ਚ 5000 ਰੁਪਇਆ ਪਿਆ ਉਹ ਲੈ ਜਾ ਮੇਰੀ ਪਿਆਰੀ ਬੇਬੇ ਗੱਲ ਮੰਨੀ ਤਾਂ ਚੰਗਾ ਬੇਬੇ ਮੈਂ ਜਾਣਾ ਪੈਸੇ ਲੈ ਲੈ ਚੰਗਾ ਪੁੱਤ ਛੇਤੀ ਆ ਜੀ ਠੀਕ ਹੈ ਕੀ ਬਣੂ ਇਹ ਮੁੰਡੇ ਦਾ ਖਰਚਾ ਹੀ ਬਹੁਤ ਕਰਦਾ ਹਾਂ ਬਈ ਹੀਰੋ ਕਿੱਧਰ ਚੱਲਿਆ ਬਾਈ ਤੈਨੂੰ ਤਾਂ ਪਤਾ ਕਬੱਡੀ ਦੇ ਖਿਡਾਰੀ ਆ ਪਰਸੋਂ ਟੂਰਨਾਮੈਂਟ ਉਹਦੀ ਤਿਆਰੀ ਕਰ ਜਾਣ ਦੇ ਪੁੱਤ ਜਾਣ ਦੇ ਹੁੰਦੇ ਕਿ ਜਾਣ ਦੇ ਬੇਬੇ ਮੈਨੂੰ ਲੱਗਦਾ ਤੂੰ ਉਹਨੂੰ ਵਿਗਾੜ ਲਿਆ ਕੋਈ ਨੀ ਪੁੱਤ ਉਹ ਤੇਰਾ ਛੋਟਾ ਭਰਾ ਆਈ ਨਹੀਂ ਕਰੀਦਾ ਹੁੰਦਾ ਸਿਮਰਨ ਆ ਹਮੇਕ ਵਾਸਤੇ ਪਾਣੀ ਲੈ ਕੇ ਆ ਪੁੱਤ ਲੈ ਆਈ ਬੇਬੇ ਜੀ ਆ ਲਓ ਜੀ ਪਾਣੀ ਬੇਬੇ ਜੀ ਗੁਰਦੀਪ ਨੂੰ ਆਖ ਦਿੰਦੀ ਮੇਰੀ ਦਵਾਈ ਲੈ ਆਉਂਦਾ ਜਿਹੜੀ ਡਾਕਟਰ ਨੇ ਲਿਖ ਕੇ ਦਿੱਤੀ ਸੀ ਆਊਗਾ ਬੇਬੇ ਜੀ ਜਿਹੜਾ 500 ਰੁਪਏ ਦਿੱਤਾ ਸੀ ਉਹ ਲੱਗ ਗਿਆ ਮੈਂ 500 ਰੁਪਏ ਪਿੱਛੇ ਮੈਨੂੰ ਕਿੱਡਾ ਮਿਹਣਾ ਮਾਰਿਆ ਇਹਨੂੰ ਸਮਝਾ ਲੈ ਮੇਰੇ ਮੂਹਰੇ ਕਿੰਨਾ ਬੋਲਣ ਲੱਗ ਗਈ ਹੈ ਬੇਬੇ ਜੀ ਇਹਦੇ 'ਚ ਮਿਹਣੇ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਤੁਹਾਨੂੰ ਪੁੱਛਿਆ ਹੀ ਹੈ ਨਾਲੇ ਤੁਸੀਂ ਦੇਖ ਲਓ ਜੀ ਭਲਾ ਮੈਂ ਬੇਬੇ ਜੀ ਨੂੰ ਕੀ ਕਿਹਾ ਖਫਾ ਹੋ ਜਾ ਇੱਥੋਂ ਕਿਵੇਂ ਸਾਰਾ ਦਿਨ ਬੋਲਦੀ ਰਹਿੰਦੀ ਆ ਤਾਂ ਲੋਕਾਂ ਦੀਆਂ ਬਹੂਆਂ ਨਾ ਸੱਸਾਂ ਅੱਗੇ ਪਾਣੀ ਭਰਦੀਆਂ ਆਹ ਦੇਖ ਮੇਰੇ ਮੂਹਰੇ ਕਿਵੇਂ ਬੋਲਦੀ ਆ ਮੈਂ ਚੱਲਿਆ ਤੁਸੀਂ ਆਪਣੀ ਲੜਾਈ ਆਪ ਨਵੇੜਿਆ ਕਰੋ ਮੈਨੂੰ ਨਾ ਵਿੱਚ ਲਿਆ ਕਰੋ ਹੌਲੀ ਹੌਲੀ ਜਮਾਂ ਟਕਾ ਲਓ ਕੋ ਵੀ ਚੁੰਡੀ ਚੁੰਡੀ ਓਏ ਅੱਜ ਬਾਜੀ ਮੈਂ ਜਿੱਤਣੀ ਆ ਤੈਨੂੰ ਹਰਾਉਣਾ ਤੇ ਬੇਬੇ ਤਾਂ ਪੂਰਾ 5000 ਲੈ ਕੇ ਆਇਆ ਇੱਕ ਮੈਨੂੰ ਗਲੀ 'ਚੋਂ ਹਾਰ 'ਤੇ ਆਇਆ ਪੂਰੇ 5000 ਦਾ ਵੇਚਣਾ ਦੇਖਦੇ ਹਾਂ ਓਏ ਇਹ ਬਾਈ ਅੱਜ ਤੂੰ ਲੈ ਕੇ ਜਾਂਦਾ ਕਿ ਮੈਂ ਲੈ ਕੇ ਜਾਂਦਾ ਬਾਈ ਇਹ ਹੈਕ ਮੈਨੂੰ ਕਹਿੰਦਾ 500 ਦਾ ਕਿਉਂ ਸਾਲਿਆ ਤੇਰੀ ਬੂਥੀ ਬਾਹਲੀ ਸੋਹਣੀ ਹੈ ਲੱਗਦਾ ਲੱਲੂਆ ਤੇਰੀ ਸੇਵਾ ਚੰਗੀ ਹੋਈ ਆ ਆਈ ਬਾਈ ਤੂੰ ਜਿਹੜਾ ਖੰਨੀ ਦੌਲਾ ਸਕਾ ਤੇਰੀ ਬਾਂਦਰ ਨਾਲੋਂ ਵੀ ਭੈੜੀ ਆ ਪੁੱਤ ਹਰਨੇਕ ਮੈਂ ਤੇਰੇ ਨਾਲ ਨਾ ਕੋਈ ਜ਼ਰੂਰੀ ਗੱਲ ਕਰਨੀ ਸੀ ਕੀ ਗੱਲ ਕਰਨੀ ਹੈ ਬੇਬੇ ਕਿਉਂ ਨਾ ਆਪਾਂ ਸਿਮਰਨ ਨੂੰ ਡਾਕਟਰ ਤੋਂ ਚੈੱਕ ਕਰਵਾ ਲਈਏ ਮੈਂ ਤੇਰੀ ਗੱਲ ਸਮਝਿਆ ਨਹੀਂ ਬੇਬੇ ਪੁੱਤ ਆਪਾਂ ਇਹ ਪਤਾ ਕਰ ਲਈਏ ਕਿ ਸਿਮਰਨ ਦੇ ਮੁੰਡਾ ਕਿ ਕੁੜੀ ਹੈ ਬੇਬੇ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਪੁੱਤ ਆਪਾਂ ਕਿਹੜਾ ਕਿਸੇ ਨੂੰ ਦੱਸਣਾ ਐਂ ਕਿਵੇਂ ਪਤਾ ਲੱਗ ਜੂ ਤੂੰ ਬਸ ਸਿਮਰਨ ਨੂੰ ਤਿਆਰ ਕਰ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ
ਕੁੜੀ ਨੇ ਤਾਂ ਕੱਲ ਨੂੰ ਵਿਆਹ ਕੇ ਸਹੁਰੇ ਘਰ ਚਲਾ ਜਾਣਾ। ਅਖੀਰ ਬੁੱਢੇ ਹੋਇਆ ਦਾ ਸਹਾਰਾ ਤਾਂ ਮੁੰਡੇ ਨੇ ਹੀ ਬਣਨਾ ਹੁੰਦਾ। ਤੁਸੀਂ ਵੀ ਤਾਂ ਬੇਬੇ ਜੀ ਮਗਰ ਲੱਗ ਕੇ ਮੁੰਡੇ ਮੁੰਡੇ ਦੀ ਰੱਟ ਲਾਈ ਹੋਈ ਆ। ਤਾਂ ਸਿਮਰਨ ਬੇਬੇ ਠੀਕ ਹੀ ਕਹਿੰਦੀ ਆ। ਜੇ ਸਿਮਰਨ ਆਪਾਂ ਚੈੱਕ ਕਰਵਾ ਲਈਏ ਤਾਂ? ਸਿਮਰਨ ਜੀ ਮੈਂ ਨਹੀਂ ਚੈੱਕ ਕਰਵਾਉਂਦੀ, ਜੋ ਰੱਬ ਨੂੰ ਮਨਜ਼ੂਰ ਹੋ ਉਹੀ ਦਾਤ ਆਪਾਂ ਨੂੰ ਬਖਸ਼ੇ। ਮੈਂ ਆਪਣੇ ਭਲੇ ਦੀ ਗੱਲ ਕਰਦਾ, ਤੂੰ ਫਿਰ ਵੀ ਇੱਕ ਵਾਰ ਸੋਚ ਲਾ। ਡਾਕਟਰ ਸਾਹਿਬ ਮੈਂ ਤੁਹਾਡੇ ਤੁਸੀਂ ਮੇਰੀ ਗੱਲ ਦਾ ਬੁਰਾ ਨਾ ਮੰਨਿਓ, ਮੈਂ ਤੁਹਾਡੀ ਪੂਰੀ ਖਾਤਰ ਕਰ ਦੇਵਾਂਗਾ। ਅੱਛਾ ਗੱਲ ਤਾਂ ਦੱਸੋ ਕੀ ਹੈ। ਵਿੱਚ ਮੇਰੀ ਘਰ ਵਾਲੀ ਗਰਭਵਤੀ ਹੈ ਅਤੇ ਮੈਂ ਦੇਖਣਾ ਚਾਹੁੰਦਾ ਕਿ ਮੁੰਡਾ ਕੀ ਕੁੜੀ ਹੈ। ਇਹ ਫੀਸ ਤੋਂ ਜ਼ਿਆਦਾ ਹੈ। ਕੋਈ ਚਿੰਤਾ ਨਾ ਕਰੋ, ਤੁਹਾਡੀ ਫੀਸ ਦੱਸੋ ਕਿੰਨੀ ਹੈ? 5,000। ਅੱਛਾ ਡਾਕਟਰ ਸਾਹਿਬ ਮੈਂ ਘਰਦਿਆਂ ਨੂੰ ਲੈ ਕੇ ਤੁਹਾਡੇ ਕੋਲ ਕੱਲ੍ਹ ਨੂੰ ਆਵਾਂਗਾ। ਗੱਲ ਆ ਬੇਬੇ, ਕੀ ਸੋਚੀ ਜਾਂਦੀ? ਮੈਂ ਇਹੀ ਸੋਚੀ ਜਾਂਦੀ ਹਾਂ ਜੇ ਆਪਾਂ ਡਾਕਟਰ ਦੀ ਗੱਲ ਮੰਨ ਕੇ ਸਿਮਰਨ ਦੀ ਸਫਾਈ ਕਰਾ ਦਈਏ। ਤੇਰੀ ਗੱਲ ਤਾਂ ਠੀਕ ਆ ਬੇਬੇ, ਪਰ ਜੇ ਕਿਤੇ ਕੀ ਲਾਈ ਹੈ? ਆਪਾਂ ਕਿਹੜਾ ਲਹਿਦਾ ਕਰਵਾਉਂਦੇ ਹਾਂ, ਸਾਰੀ ਦੁਨੀਆ ਹੀ ਕਰਵਾਈ ਜਾਂਦੀ ਹੈ। ਸੁਣਿਆ ਬੇਬੇ ਅਬੋਰਸ਼ਨ ਕਰਾਉਂਦਿਆਂ ਫੜੇ ਗਏ, ਸਾਰੀ ਉਮਰ ਜੇਲ੍ਹੋਂ ਬਾਹਰ ਨਹੀਂ ਆਇਆ ਜਾਣਾ। ਤੂੰ ਐਵੇਂ ਡਰਨਾ, ਮੈਂ ਆਪੇ ਸਾਂਭ ਲੂੰਗੀ। ਬਾਪੂ ਆੜਤੀਆਂ ਤੋਂ 5,000 ਰੁਪਇਆ ਫੜ ਲਿਆ, ਮੈਂ ਸਿਮਰਨ ਨੂੰ ਡਾਕਟਰ ਕੋਲ ਲੈ ਕੇ ਜਾਣਾ। 5,000? ਕੱਲ੍ਹ ਤਾਂ ਆਪਾਂ 10,000 ਫੜ ਕੇ ਲਿਆਂਦਾ, ਰੋਜ਼ ਰੋਜ਼ ਲਾ ਲਾ ਕਿੱਥੋਂ ਦੇ ਦੂ? ਬਾਪੂ ਪੈਸੇ ਤਾਂ ਚਾਹੀਦੇ ਸਿਮਰਨ ਵਾਸਤੇ। ਹੇ ਪਰਮਾਤਮਾ ਸਾਡੀ ਸਿਮਰਨ ਨੂੰ ਤੰਦਰੁਸਤੀ ਬਖਸ਼ੀ, ਸਿਮਰਨ ਧੀ ਲਈ ਤਾਂ ਮੈਂ ਆਪਣੀ ਜਾਨ ਵੀ ਦੇ ਸਕਦਾ। ਤੂੰ ਚੱਲ ਪੁੱਤ, ਮੈਂ ਕਰਦਾ ਕੋਈ ਕੋਸ਼ਿਸ਼। ਕੀ ਗੱਲ ਹੋ ਗਈ ਦੀਪਿਆ, ਕਿਉਂ ਰੋਕਿਆ ਮੈਨੂੰ? ਕਾਢੋ ਕਾਢੋ ਤਰੋ, ਕਿੰਨੇ ਪੈਸੇ ਆ? ਉਹ ਸਾਲਿਓ ਮੇਰੇ ਕੋਲ ਕੀ ਬੈਂਕ ਲੱਗੀ ਆ, ਕੋਈ ਕੰਮ ਧੰਦਾ ਕਰ ਲਿਆ ਕਰੋ, ਆਉਂਦੇ ਜਾਂਦੇ ਰਸਤੇ ਵਿੱਚ ਰੋਕ ਲੈਂਦੇ ਹੋ। ਸਾਲਿਆ ਮੈਨੂੰ ਅਕਲ ਸਿਖਾਉਣਾ ਤੂੰ, ਕੱਢ ਜਿਹੜਾ ਕੋਲ ਸਕਦਾ ਤੇਰੇ ਕੋਲ ਬਾਹਰ। ਨਹੀਂ ਬਈ ਨਹੀਂ, ਮੇਰੇ ਕੋਲ ਕੁਛ ਨਹੀਂ, ਮੈਂ ਤਾਂ ਗਰੀਬ ਆਦਮੀ ਆ। ਓਏ ਆਏ ਨਹੀਂ ਮੰਨਣਾ ਸਾਲਾ, ਇਹ ਸਿੱਟੋ ਇਹਨੂੰ। ਓ ਭਾਈ ਚੱਲਦਾ ਤੇਰੇ ਕੋਲ।
ਕਿਹਦਾ ਕੱਢ ਬਈ? ਦੇਖ ਤਾਂ ਸਹੀ, ਇਹ ਵੀ ਕੱਢ ਤੂੰ। ਓਏ ਦੇਖ ਇੱਕ ਮਿੰਟ, ਦੇਖ ਦੇਖ ਕੱਢ ਕੱਢ। ਓਏ ਇੱਕ ਮਿੰਟ, ਆਪਣੇ ਕੋਲ ਹੈਗਾ 450। ਸੋ ਵੰਡ ਲਓ ਯਾਰ, ਮੋਬਾਈਲ ਮੈਨੂੰ ਦੇ ਦੇ ਯਾਰ, 100 ਰੁਪਇਆ ਹੋਰ ਲੈ ਲਓ। ਕਿੱਡੀ ਕੁ ਮਿੰਟ ਲੈ ਗਈ ਆ? ਨਹੀਂ ਯਾਰ, ਨਹੀਂ ਯਾਰ ਤੂੰ ਚੱਲ ਆਏ ਕਰਦੇ ਆ, ਮੇਰੀ ਗੱਲ ਸੁਣ। ਆਪਾਂ ਵੇਚ ਹੀ ਦਿੰਨੇ ਆਪਾਂ ਵੇਚ ਦੇਣਾ ਚੰਗੇ ਬੰਦੇ ਜਾਣੀ ਆਪਾਂ ਵੰਡ ਲੈਣਾ। ਠੀਕ ਚੱਲ ਠੀਕ, ਬਾਹਰ ਦੇਖਿਆ ਕੋਈ ਆਉਂਦਾ ਤਾਂ ਨਹੀਂ? ਕੋਈ ਨਹੀਂ ਆਉਂਦਾ। ਚੱਲ ਮੋਬਾਈਲ ਆਪਾਂ ਵੇਚ ਕੇ ਆਉਣੇ ਆ, ਜਿਹੜੇ ਬੱਟਨ ਦੀ ਆਪਾਂ ਵੰਡ ਲੈਣੀ। ਬੇਬੇ ਆਪਣਾ ਲੰਬੂ ਕਿੱਥੇ ਗਿਆ? ਜਵਾਕ ਜਵਾਕ ਕਹਿ ਕੇ ਤੂੰ ਉਹਨੂੰ ਐਵੇਂ ਚੰਭਲਾ ਰੱਖਿਆ, ਵਿਆਹੁਣ ਵਾਲਾ ਤਾਂ ਹੋਇਆ ਪਿਆ, ਨਾਲੇ ਉਹਨੂੰ ਕਹਿ ਦੀ ਕੋਈ ਕੰਮ ਲੱਗ ਜੂਗਾ। ਹੱਦ ਪੁੱਤ ਉਹਦੀ ਗੱਲ, ਪਹਿਲਾਂ ਮੈਨੂੰ ਆਹ ਦੱਸ ਤੂੰ ਸਿਮਰਨ ਨਾਲ ਗੱਲ ਕੀਤੀ ਸੀ? ਗੱਲ ਤਾਂ ਕੀਤੀ ਸੀ ਪਰ ਉਹ ਮੰਨਦੀ ਨਹੀਂ। ਗੱਲਾਂ ਨੂੰ ਆਪਾਂ ਲੈ ਕੇ ਚੱਲਦੇ ਹਾਂ ਉਹਨੂੰ ਡਾਕਟਰ ਕੋਲੇ। ਚੰਗਾ ਬੇਬੇ, ਫਿਰ ਜਿਵੇਂ ਤੂੰ ਕਹਿੰਦੀ ਉਵੇਂ ਠੀਕ। ਡਾਕਟਰ ਸਾਹਿਬ ਜਿਵੇਂ ਤੁਸੀਂ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਮ ਕਰ ਰਿਹਾ। ਕੋਈ ਗੱਲ ਨਹੀਂ, ਤੁਸੀਂ ਪੈਸੇ ਜਮ੍ਹਾਂ ਕਰਾ ਲਿਓ, ਲੈ ਜਾਓ ਅੰਦਰ ਉਹਨੂੰ। ਬੇਬੇ ਸਿਮਰਨ ਨੂੰ ਅੰਦਰ ਲਿਆ। ਚੱਲ ਸਿਮਰਨ ਅੰਦਰ ਚੱਲ, ਤੂੰ ਜਾਂਦੀ ਕਿਵੇਂ ਨੀ? ਪੂਰਾ 5000 ਰੁਪਇਆ ਲੱਗਿਆ। ਮੈਂ ਚੱਲ ਰਿਹਾ ਅੰਦਰ, ਇਹਨੂੰ ਫੀਸ ਦੇ ਅੰਦਰ। ਨਹੀਂ ਮੈਂ ਨਹੀਂ ਜਾਂਦੀ। ਕਿਵੇਂ ਨਹੀਂ ਜਾਂਦੀ? ਤੂੰ ਜਾਂਦਾ ਕਿਵੇਂ ਨਹੀਂ ਜਾਂਦੀ? ਨਹੀਂ ਜਾਂਦਾ। ਹਾਂਜੀ ਮੈਂ ਸਿੱਧੂ ਹਸਪੀਟਲ ਚੋਂ ਬੋਲਦਾ, ਇੱਥੇ ਅਬੋਰਸ਼ਨ ਹੋ ਰਿਹਾ ਜੀ ਹਸਪੀਟਲ ਦੇ ਵਿੱਚ, ਤੁਸੀਂ ਜਲਦੀ ਪਹੁੰਚੋ ਜੀ। ਤੁਸੀਂ ਇਹ ਕੰਮ ਕਰਨਾ ਤਾਂ ਦੂਰ, ਇਸ ਬਾਰੇ ਸੋਚੋਗੇ ਵੀ ਨਹੀਂ। ਸੁੱਟੋ ਇਹਨਾਂ ਸਾਰਿਆਂ ਨੂੰ ਹਵਾਲਾਤ ਦੇ ਅੰਦਰ।
ਪਿੰਡ ਦੀ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਓ, ਭਰੂਣ ਹੱਤਿਆ ਰੋਕੂ ਪ੍ਰੋਗਰਾਮ ਦੀ ਲੜੀ ਤਹਿਤ ਅਸੀਂ ਅੱਜ ਉਸ ਸ਼ਖਸ ਦਾ ਸਨਮਾਨ ਕਰਨ ਜਾ ਰਹੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਆਈਆਂ ਔਕੜਾਂ ਦਾ ਬੜੀ ਸ਼ਿੱਦਤ ਅਤੇ ਦਲੇਰੀ ਨਾਲ ਸਾਹਮਣਾ ਕੀਤਾ ਹੈ, ਜਿਸ ਨੇ ਸਮਾਜ ਵਿੱਚ ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਵਿਰੋਧ ਹੀ ਨਹੀਂ ਕੀਤਾ ਸਗੋਂ ਇਸ ਨੂੰ ਖਤਮ ਕਰਨ ਦਾ ਉਪਰਾਲਾ ਵੀ ਕੀਤਾ ਹੈ। ਮੈਂ ਮੁੱਖ ਮਹਿਮਾਨ ਸ਼੍ਰੀ ਸਾਧੂ ਰਾਮ ਕੁਸ਼ਲਾ ਜੀ, ਪ੍ਰੋਜੈਕਟ ਅਫਸਰ PNDT ਸੈੱਲ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਸਬ ਇੰਸਪੈਕਟਰ ਰਣਵੀਰ ਕੌਰ ਨੂੰ ਉਹਨਾਂ ਦੇ ਪਾਏ ਹੋਏ ਅਮੁੱਲ ਯੋਗਦਾਨ ਬਦਲੇ ਸਨਮਾਨਿਤ ਕਰਨ। ਸ਼੍ਰੀ ਸਾਧੂ ਰਾਮ ਕੁਸ਼ਲਾ ਜੀ। ਹੁਣ ਮੈਂ ਸਬ ਇੰਸਪੈਕਟਰ ਰਣਵੀਰ ਕੌਰ ਨੂੰ ਰਿਕੁਐਸਟ ਕਰਦਾ ਹਾਂ ਕਿ ਉਹ ਪਲੀਜ਼ ਸਟੇਜ ਤੇ ਆਉਣ ਤੇ ਆਪਣਾ ਸਨਮਾਨ ਹਾਸਲ ਕਰਨ। ਹੁਣ ਮੈਡਮ ਰਣਵੀਰ ਕੌਰ ਆਪਣੇ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕਰਨਗੇ। ਸਟੇਜ ਤੇ ਬੈਠੇ ਮੁੱਖ ਮਹਿਮਾਨ, ਪਿੰਡ ਦੀ ਪੰਚਾਇਤ ਅਤੇ ਸਾਹਮਣੇ ਬੈਠੇ ਸਤਿਕਾਰਯੋਗ ਬਜ਼ੁਰਗੋ, ਭੈਣੋ ਅਤੇ ਭਾਈਓ, ਮੈਂ ਆਪ ਸਭ ਦੀ ਸ਼ੁਕਰਗੁਜ਼ਾਰ ਹਾਂ ਮੇਰੇ ਜਿਹੀ ਨਿਮਾਣੀ ਨੂੰ ਸਨਮਾਨ ਦੇ ਯੋਗ ਸਮਝਿਆ। ਇਸ ਸਨਮਾਨ ਦੇ ਅਸਲੀ ਹੱਕਦਾਰ ਉਹ ਸ਼ਖਸ ਹਨ ਜਿਨ੍ਹਾਂ ਨੇ ਮੈਨੂੰ ਪਰਾਈ ਨੂੰ ਆਪਣੀ ਸਕੀ ਧੀ ਸਮਝ ਕੇ ਪੜ੍ਹਾਇਆ ਲਿਖਾਇਆ ਅਤੇ ਇਸ ਮੁਕਾਮ ਤੇ ਪਹੁੰਚਾਇਆ। ਉਹ ਸ਼ਖਸ ਤੁਹਾਡੇ ਵਿੱਚ ਹੀ ਬੈਠੇ ਹਨ, ਪਲੀਜ਼ ਬਾਪਾ ਸਟੇਜ ਤੇ ਆਓ। ਸਕਦੀ ਹੈ ਸਾਗਰਾਂ ਨੂੰ ਵੀ ਤਰ ਸਕਦੀ ਹੈ, ਮੰਜ਼ਿਲਾਂ ਨੂੰ ਇਹ ਸਰ ਸਕਦੀ ਹੈ ਸਾਗਰਾਂ ਨੂੰ ਵੀ ਤਰ ਸਕਦੀ ਹੈ, ਵੀਰ ਬਾਵਲ ਦੀ ਜਰ ਸਕਦੀ ਹੈ ਇੱਜ਼ਤ ਖਾਤਰ ਮਰ ਸਕਦੀ ਹੈ। ਜੇ ਤਤੜੀ ਨੇ ਮਰ ਜਾਣਾ ਸੀ ਜੇ ਤਤੜੀ ਨੇ ਮਰ ਜਾਣਾ ਸੀ ਕਿਰਨ ਬੇਦੀ
ਨੇ ਬਣ ਜਾਣਾ ਸੀ ਕਲਪਣਾ ਸੀ ਫੇਰ ਬਣ ਕੇ ਕਿਹੜਾ ਲਾਉਂਦਾ ਅੰਬਰ ਉਡਾਰੀ ਧੀਆਂ ਨਾਲ ਸਰਦਾਰੀ ਹੁੰਦੀ ਧੀਆਂ ਨਾਲ ਸਰਦਾਰੀ ਧੀਆਂ ਨਾਲ ਸਰਦਾਰੀ ਹੁੰਦੀ ਧੀਆਂ ਨਾਲ ਸਰਦਾਰੀ ਧੀਆਂ ਨਾਲ ਸਰਦਾਰੀ ਹੁੰਦੀ ਧੀਆਂ ਨਾਲ ਸਰਦਾਰੀ ਧੀਆਂ ਨਾਲ ਸਰਦਾਰੀ ਹੁੰਦੀ ਧੀਆਂ ਨਾਲ ਸਰਦਾਰੀ।